ਅਸਲਾਮੁਅਲੈਕੁਮ ਜੀ, ਟਰੈਕਟਰ ਪੁਆਇੰਟ ਯੂਟਿਊਬ ਚੈਨਲ 'ਚ ਖੁਸ਼ ਆਮਦੀਦ ਜੀ। ਦੋਸਤੋ, ਅਸੀਂ ਮੌਜੂਦ ਹਾਂ ਅੱਜ ਹਕੀਮ ਜ਼ਰਾਈ ਇੰਡਸਟਰੀ ਗੋਜਰਾ ਦੇ ਵਿੱਚ, ਅਤੇ ਅੱਜ ਆਪਾਂ ਇਹਨਾਂ ਦੇ ਇੰਡਸਟਰੀ ਦਾ ਵਿਜ਼ਿਟ ਕੀਤਾ ਵਾ। ਦੋਸਤਾਂ ਨੂੰ ਫਰੈਸ਼ ਰੇਟ ਇਹਨਾਂ ਦੇ ਔਜ਼ਾਰਾਂ ਦੇ ਲੈ ਕੇ ਦਿੰਦੇ ਹਾਂ, ਕਿਹੜੇ ਕਿਹੜੇ ਔਜ਼ਾਰ ਬਣਾਉਂਦੇ ਆ ਔਰ ਇਹਨਾਂ ਦੀਆਂ ਪ੍ਰਾਈਸਾਂ ਕੀ ਆ। ਸਾਡੇ ਨਾਲ ਭਾਈ ਹੁਣੀ ਮੌਜੂਦ ਆ। ਅਸਲਾਮੁਅਲੈਕੁਮ। ਵਾਲੇਕੁਮ ਸਲਾਮ ਜੀ। ਭਾਈ ਆਪਣਾ ਨਾਮ ਕੀ ਔਰ ਥੋੜ੍ਹਾ ਜਿਹਾ ਉੱਚੀ ਬੋਲਣਾ ਜੀ? ਮੁਜ਼ੰਮਲ ਹਸੈਨ। ਅੱਛਾ ਭਾਈ, ਆਪਣਾ ਇੰਡਸਟਰੀ ਦਾ ਪਹਿਲੇ ਤਾਰਾ ਫਰਾਓ, ਆਪਣੇ ਇੰਡਸਟਰੀ ਦਾ ਨਾਂ ਦੱਸੋ ਤੇ। ਅੱਛਾ, ਤੇ ਭਾਈ ਇਹ ਦੱਸੋ ਕਿ ਆਪਣੇ ਕਿਹੜੇ ਕਿਹੜੇ ਔਜ਼ਾਰ ਬਣਦੇ ਆਪਣੇ ਕੋਲ? ਆਪਣੇ 5 ਫਾੜਾ, 11 ਫਾੜਾ ਹੱਲ, ਹਾਂਜੀ, ਘੋੜਾ ਹੱਲ, ਹਾਂਜੀ, ਕਰਾ ਹੱਲ, ਬੰਪਰ, ਟਰਾਲੀ, ਅੱਛਾ, ਸਾਰਾ ਕੁਝ ਹੀ ਬਣ। ਅੱਛਾ, ਤੇ ਭਾਈ ਆਪਣੇ ਪਿੱਛੇ ਜਿਹੜਾ 5 ਫਾੜਾ ਵਾ, ਇਹਦੇ ਮਤਲਬ ਥੋੜਾ ਸਾਨੂੰ ਦੱਸੋ ਔਰ ਇਹਦੀ ਕੀਮਤ ਦੱਸੋ ਕੀ ਆ ਜੀ? ਇਹ ਭਾਜੀ 1,90,000 ਦਾ 5 ਫਾੜਾ। 5 ਫਾੜਾ 1,90,000 ਦਾ। ਔਰ ਜਿਹੜੇ ਫਾੜੇ ਤੁਸੀਂ ਹੱਲਾਂ ਬਣਾਉਂਦੇ ਆ, ਉਹ 11 ਹਾਲ ਦਾ ਰੇਟ ਦੱਸੋ ਔਰ 9 ਹਾਲ ਦਾ, ਤੇ ਉਹਦੇ ਕੋੜ ਸਪਰਿੰਗ ਕਿਹੋ ਕਿਸ ਟਾਈਪ ਦੇ ਲਾਉਂਦੇ ਆ, ਉਹਦੇ ਮੁਤਲਕ ਦੱਸੋ ਸਾਨੂੰ। ਸਪਰਿੰਗ ਕੋੜ ਭਾਈ, ਕੋੜ ਲਾਈਦਾ ਵਾ ਟੈਂਪਰ ਵਾਲਾ, ਗੋਲੇ ਦਾ ਕੋੜ, ਤੇ ਸਪਰਿੰਗ ਲਾਈਦਾ ਟੈਂਪਰ ਦਾ। ਠੀਕ ਹੋ ਗਿਆ। ਤੇ ਜ਼ੈਡ ਜਿਹੜਾ ਵਾ 3 ਸੂਤਰ ਮੋਟਾ ਵੀ ਲਾਈਦਾ, 8.5 ਫੁੱਟਾ ਜ਼ੈਡ ਵੀ ਲਾਈਦਾ ਵਾ, 11 ਫਾੜੇ ਹੱਲ। ਠੀਕ ਹੋ ਗਿਆ। 9 ਫਾੜੇ ਲਾਈਦਾ, 90 ਇੰਚੀ ਦਾ ਜ਼ੈਡ। ਅੱਛਾ, ਤੇ 11 ਦਾ ਰੇਟ ਕੀ ਆ ਤੇ 9 ਦਾ ਰੇਟ ਕੀ ਆ? 11 ਦਾ ਰੇਟ ਹੈਗਾ ਵਾ ਜੀ 1,85,000। ਅੱਛਾ, ਤੇ 9 ਦਾ ਹੈਗਾ ਵਾ 1,65,000। ਠੀਕ ਹੋ ਗਿਆ। ਅੱਛਾ ਭਾਈ, ਜਿਹੜੇ ਆਪਣੇ ਬੰਪਰ ਤੇ ਔਰ ਬਾਟੂ ਵਗੈਰਾ ਬਣਾ ਰਹੇ ਆ, ਉਹਨਾਂ ਦੇ ਮੁਤਲਕ ਵੀ ਸਾਨੂੰ ਦੱਸੋ। ਬਾਟੂ ਦਾ ਰੇਟ ਹੈਗਾ ਭਾਈ, ਆ ਭਾਜੀ ਬਾਟੂ ਆ, ਇਹਦੀ ਅਡਜਸਟਮੈਂਟ ਵੀ ਹੋ ਜਾਂਦੀ ਆ, ਹਾਂਜੀ, ਇਹ 60,000 ਦਾ ਹੈ। ਠੀਕ ਹੋ ਗਿਆ। ਤੇ ਆ ਭਾਜੀ ਆ ਬੰਬਰ ਹੈ। ਅੱਛਾ, ਇਹ 65,000 ਦਾ ਹੈ। ਅੱਛਾ, ਇਹ ਮੈਸੀ ਦਾ ਕਿ ਫੀਗਟ ਦਾ? ਇਹ ਮੈਸੀ ਦਾ। ਅੱਛਾ, ਫੀਗਟ ਦਾ ਵੀ ਬਣਾਉਂਦੇ ਆ? ਫੀਗਟ ਦਾ ਵੀ ਬਣਾਈਦਾ। ਅੱਛਾ, ਤੇ ਕਿੰਨੇ ਵਜ਼ਨ ਦਾ ਬਣਾਉਂਦੇ ਆ ਜੀ ਬੰਬਰ ਜਿਹੜਾ? 100 ਕਿਲੋ ਦਾ। ਹਾਂਜੀ, ਮੈਸੀ ਦਾ 100 ਕਿਲੋ ਦਾ। 100 ਕਿਲੋ ਦਾ, ਤੇ ਫੀਗਟ ਦਾ? ਫੀਗਟ ਦਾ 127 ਕਿਲੋ ਦਾ। ਅੱਛਾ, 127 ਕਿਲੋ ਦਾ। ਤੇ ਉਸ ਤੋਂ ਇਲਾਵਾ ਭਾਈ ਜਿਹੜੀਆਂ ਆਪਣੀਆਂ ਟਰਾਲੀਆਂ ਬਣਾਉਂਦੇ ਆ, ਉਹ ਕਿੰਨੇ ਕਿੰਨੇ ਫੁੱਟੀਆਂ ਬਣਾਉਂਦੇ ਆ? ਟਰਾਲੀ 16 ਬਣਾਈ ਦੀ, 18 ਬਣਾਈ ਦੀ, 20 ਬਣਾਈ ਦੀ। ਅੱਛਾ, ਤੇ ਉਹਨਾਂ ਦੇ ਰੇਟ ਕੀ ਆ ਜੀ? ਉਹ 16 ਦਾ ਹੈ। ਅੱਛਾ ਭਾਈ, ਜਿਹੜੀ 16 ਫੁੱਟੀ ਤੁਸੀਂ ਟਰਾਲੀ ਬਣਾਉਂਦੇ ਆ, ਉਹਦੀ ਪ੍ਰਾਈਸ ਦੱਸੋ ਕੀ ਆ? 16 ਫੁੱਟੀ ਦੀ ਹੈਗੀ ਆ 13.5 ਲੱਖ। 13.5 ਲੱਖ। ਔਰ ਜਿਹੜੀ 18 ਫੁੱਟੀ ਆ ਉਹਦਾ? 18 ਫੁੱਟੀ ਦਾ 15.5 ਲੱਖ। 15.5, ਤੇ ਇਹ ਤੋਂ ਉੱਤੇ ਵੀ ਬਣਾਉਂਦੇ ਆ? ਹਾਂਜੀ, ਇਸ ਤੋਂ ਉੱਤੇ ਬਣਾ ਦੇਈਦੀ ਆ। ਉਹ ਕਿੰਨੇ ਫੁੱਟੀ ਆ? 20 ਫੁੱਟੀ? ਉਹ 20 ਫੁੱਟੀ। ਉਹਦਾ ਕੀ ਰੇਟ ਆ? ਉਹ ਹੈਗੀ 16.5 ਲੱਖ। ਅੱਛਾ, ਤੇ ਹੁੱਕਾਂ ਵਗੈਰਾ ਬਣਾਉਂਦੇ ਆ ਜੀ? ਹੁੱਕਾਂ ਬਣਾਈ ਨਹੀਂ ਜੀ। ਅੱਛਾ, ਤੇ ਫੀਅਡ ਮੈਸੀ ਦੀਆਂ ਸਾਰੀਆਂ ਜੀ? ਸਾਰੀਆਂ ਜੀ। ਅੱਛਾ, ਤੇ ਕੀ ਪ੍ਰਾਈਸ ਆ ਉਹਨਾਂ ਦੀ? ਮੈਸੀ ਦੀ ਹੁੱਕ ਦੇ 28,000 ਦੀ ਆ ਜੀ। ਕਿੰਨੇ ਕਿਲੋ ਦੀ ਜੀ? ਉਹ ਹੈਗੀ ਆ ਤਕਰੀਬਨ 65 ਕਿਲੋ ਦੀ। 65 ਕਿਲੋ ਦੀ, ਤੇ ਫੀਅਡ ਦੀ ਵੀ ਬਣਦੀ ਆ? ਫੀਅਡ ਦੀ ਵੀ ਬਣਦੀ ਆ। ਠੀਕ ਹੋ ਗਈ। ਹਾਂਜੀ ਦੋਸਤੋ, ਤੁਸੀਂ ਔਜ਼ਾਰਾਂ ਦੇ ਰੇਟ ਸੁਣੇ ਆ ਜੀ, ਪਾਲੇ, ਬੰਪਰ ਵਗੈਰਾ, ਬਾਟੂ ਵਗੈਰਾ ਜੀ, ਔਰ 5 ਫਾੜਾ, ਟਰਾਲੀਆਂ, ਜਿੰਨੇ ਵੀ ਇੰਪਲੀਮੈਂਟ ਬਣਾਉਂਦੇ ਆ ਜੀ, ਉਹਨਾਂ ਦੇ ਆਪਾਂ ਤੁਹਾਨੂੰ ਫਰੈਸ਼ ਰੇਟ ਦੇ ਦਿੱਤੇ ਆ ਜੀ। ਇਹ ਜੀ ਗੋਜਰਾ ਦੇ ਵਿੱਚ ਸਮੁੰਦਰੀ ਰੋਡ 'ਤੇ ਜੀ, ਹਕੀਮ ਵਾਲੇ ਆ ਜੀ, ਅਤੇ ਹਕੀਮ ਜ਼ਰਾਈ ਇੰਡਸਟਰੀ ਜੀ, ਅਤੇ ਉੱਥੇ ਆਪਾਂ ਆਏ ਸੀ, ਉਹਨਾਂ ਦੇ ਰੇਟ ਫਰੈਸ਼ ਲਾ ਕੇ ਤੁਹਾਨੂੰ ਦੇ ਦਿੱਤੇ ਆ ਜੀ। ਅਤੇ ਬਾਕੀ ਬਹੁਤ ਅੱਛੇ ਇੰਪਲੀਮੈਂਟ ਵਗੈਰਾ ਬਣਾਉਂਦੇ ਆ ਜੀ, ਜ਼ਬਰਦਸਤ ਆ। ਇੱਕ ਇਹਨਾਂ ਦਾ ਨਾਮ ਆ, ਇੱਕ ਲੈਵਲ ਆ ਜੀ, ਮਤਲਬ ਕਹਿ ਲਓ ਕਿ ਟਰਾਲੀਆਂ ਵਗੈਰਾ ਦੇ ਵਿੱਚ ਔਰ ਬੰਪਰਾਂ ਦੇ ਵਿੱਚ, ਅਤੇ ਜ਼ਬਰਦਸਤ ਇਹ ਕੰਮ ਕਰਦੇ ਆ ਜੀ। ਬਾਕੀ ਦੋਸਤੋ, ਅਗਰ ਕਿਸੇ ਦੋਸਤ ਨੇ ਵੀ ਇੱਥੋਂ ਆ ਕੇ ਬੰਪਰ, ਹੁੱਕ ਵਗੈਰਾ ਔਰ ਟਰਾਲੀ ਵਗੈਰਾ ਪਰਚੇਜ਼ ਕਰਨੀ ਹੋਵੇ, ਤਾਂ ਇੱਥੋਂ ਆ ਕੇ ਉਹ ਖਰੀਦ ਸਕਦੇ ਆ। ਬਾਕੀ ਆਪਾਂ ਇਹਨਾਂ ਦਾ ਨੰਬਰ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ ਜੀ। ਭਾਈ ਆਪਣਾ ਨੰਬਰ ਲਿਖਾ ਦਿਓ ਜੀ, ਆਪਣੀ ਇੰਡਸਟਰੀ ਦਾ। 0334, ਹਾਂਜੀ, 80-57, ਹਾਂਜੀ, 630, 630। ਠੀਕ ਹੋ ਗਿਆ। ਹਾਂਜੀ ਦੋਸਤੋ, ਆਪਾਂ ਇਹਨਾਂ ਦਾ ਨੰਬਰ ਵੀ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਜੀ, ਅਤੇ ਇਹਨਾਂ ਦੇ ਔਜ਼ਾਰਾਂ ਦੇ ਰੇਟ ਔਰ ਉਹਨਾਂ ਦੀਆਂ ਕੀਮਤਾਂ ਵਗੈਰਾ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਿੱਤੀਆਂ। ਬਾਕੀ ਦੋਸਤੋ, ਦੁਆਵਾਂ ਯਾਦ ਰੱਖਿਓ, ਸ਼ੁਕਰੀਆ, ਅੱਲਾਹ ਹਾਫਿਜ਼, ਥੈਂਕ ਯੂ ਫਾਰ ਵਾਚ ਟਰੈਕਟਰ ਪੁਆਇੰਟ।